ਅੱਜ ਅਸੀਂ ਅਜੀਤ ਵੈੱਬ ਟੀਵੀ ਦੇ ਦਰਸ਼ਕਾਂ ਦੇ ਲਈ ਭਾਖੜਾ ਡੈਮ ਬਾਰੇ ਇੱਕ ਖਾਸ ਡਾਕੂਮੈਂਟਰੀ ਲੈ ਕੇ ਹਾਜ਼ਰ ਹੋਏ ਹਾਂ। 22 ਅਕਤੂਬਰ ਨੂੰ ਭਾਖੜਾ ਡੈਮ ਦਾ ਸਥਾਪਨਾ ਦਿਵਸ ਆ ਰਿਹਾ ਹੈ। ਭਾਖੜਾ ਡੈਮ ਦੀ ਉਸਾਰੀ 1948 ਤੋਂ 1963 ਤੱਕ ਚੱਲਦੀ ਰਹੀ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਖੜਾ ਡੈਮ ਦੀ ਉਸਾਰੀ 'ਚ ਬਹੁਤ ਗਹਿਰੀ ਦਿਲਚਸਪੀ ਲਈ ਅਤੇ ਉਹ 1948 ਤੋਂ 1963 ਤੱਕ 13 ਵਾਰੀ ਨੰਗਲ ਆਏ। ਭਾਖੜਾ ਡੈਮ ਦੀ ਉਸਾਰੀ ਬਹੁਤ ਹੀ ਕਰਮਯੋਗੀ ਇੰਜੀਨੀਅਰ MH ਸਲੋਕਮ ਦੀ ਅਗਵਾਈ 'ਚ ਹੋਈ। MH ਸਲੋਕਮ ਦੀ ਅਗਵਾਈ 'ਚ 30 ਵਿਦੇਸ਼ੀ ਮਾਹਰਾਂ, 300 ਇੰਜੀਨੀਅਰਾਂ, 13,000 ਮਜ਼ਦੂਰਾਂ ਨੇ ਦਿਨ ਰਾਤ ਕਰਕੇ ਆਧੁਨਿਕ ਭਾਰਤ ਦੇ ਨਵੀਨ ਮੰਦਿਰ ਭਾਖੜਾ ਡੈਮ ਦੀ ਉਸਾਰੀ ਕੀਤੀ। ਪੰਡਿਤ ਜਵਾਹਰ ਲਾਲ ਨਹਿਰੂ ਨੇ ਪਹਿਲੀ ਵਾਰੀ ਨਵੀਨ ਮੰਦਿਰ ਸ਼ਬਦ ਵਰਤਿਆ ਸੀ ਜਿਹੜਾ ਭਾਖੜਾ ਡੈਮ ਬਾਰੇ ਸੀ। ਉਹਨਾਂ ਭਾਖੜਾ ਡੈਮ ਨੂੰ ਆਧੁਨਿਕ ਭਾਰਤ ਦਾ ਨਵੀਨ ਮੰਦਿਰ ਕਿਹਾ ਸੀ। ਭਾਖੜਾ ਡੈਮ ਦੀ ਉਸਾਰੀ ਦੇ ਦੌਰਾਨ ਜੋਖਿਮ ਭਰੇ ਕੰਮ ਕਰਦਿਆਂ 300 ਤੋਂ ਜ਼ਿਆਦਾ ਮਜ਼ਦੂਰ ਸ਼ਹੀਦ ਹੋਏ, ਜਿਨ੍ਹਾਂ ਨੂੰ ਹਰ ਵਰ੍ਹੇ ਉਹਨਾਂ ਦੀ ਯਾਦਗਾਰ ਜਿਹੜੀ ਭਾਖੜਾ ਡੈਮ ਸਥਿਤ ਹੈ ਅਤੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਇੱਕ ਵਿਸ਼ੇਸ਼ ਪ੍ਰੋਗਰਾਮ ਹੁੰਦਾ ਹੈ। ਇਹ ਜਿਹੜੀ ਝੀਲ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਇਹ ਭਾਖੜਾ ਡੈਮ ਦੇ ਪਿੱਛੇ ਬਣੀ ਹੋਈ ਵਿਸ਼ਾਲ ਗੋਬਿੰਦ ਸਾਗਰ ਝੀਲ ਹੈ, ਜਿਸ ਵਿੱਚ 7.8 ਮਿਲੀਅਨ ਏਕੜ ਫੁੱਟ ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਹੈ। 65 ਵਰਗ ਮੀਲ ਖੇਤਰ 'ਚ ਫੈਲੀ ਇਹ ਝੀਲ 'ਚ ਜਿਹੜਾ ਪਾਣੀ ਆਉਂਦਾ ਹੈ ਉਹ ਪਾਣੀ ਦੇ ਸੂਮੇ ਰਕਸ਼ ਤਾਲ ਤੋਂ ਆਉਂਦਾ ਹੈ ਜਿਹੜਾ ਤਿੱਬਤ ਦੇ ਵਿੱਚ ਹੈ। ਸਤਲੁਜ ਦਰਿਆ ਦਾ ਸ਼ੁਰੂਆਤੀ ਸਫ਼ਰ ਰਕਸ਼ ਤਾਲ ਤੋਂ ਹੁੰਦਾ ਹੈ, ਜਿਹਨੂੰ ਬਹੁਤੇ ਲੋਕ ਰਾਕਸ਼ਸ਼ ਤਾਲ ਕਹਿੰਦੇ ਹੈ। ਰਕਸ਼ ਤਾਲ ਤੋਂ ਸਤਲੁਜ ਦਰਿਆ ਸ਼ੁਰੂ ਹੁੰਦਾ ਹੈ, ਫਿਰ ਉਹ ਹਿਮਾਚਲ ਦੇ ਵਿੱਚ ਕਿਨੌਰ 'ਚ ਲੰਬਾ ਸਫ਼ਰ ਕਰਦਿਆਂ ਰਾਮਪੁਰ ਬਸ਼ਹਿਰ ਨੂੰ ਛੂੰਹਦਾ ਹੈ ਅਤੇ ਹਿਮਾਚਲ ਦੇ ਵਿੱਚ ਸਫ਼ਰ ਕਰਦਿਆਂ ਬਿਲਾਸਪੁਰ ਪਹੁੰਚਦਾ ਹੈ, ਫਿਰ ਭਾਖੜਾ ਡੈਮ ਪਹੁੰਚਦਾ ਹੈ ਅਤੇ ਇੱਥੋਂ ਅੱਗੇ ਸਫ਼ਰ ਕਰਦਿਆਂ ਨੰਗਲ ਡੈਮ ਰੋਪੜ ਲੁਧਿਆਣਾ ਹੋ ਕੇ ਹਰੀਕੇ ਪੱਤਣ ਤੱਕ ਜਾਂਦਾ ਹੈ। ਭਾਖੜਾ ਡੈਮ ਦਾ ਭਾਰਤ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ, ਕਿਉਂਕਿ ਸਾਡੇ ਕੋਲ ਅਨਾਜ ਦੀ ਬੜੀ ਕਮੀ ਸੀ। ਭਾਖੜਾ ਡੈਮ ਦੀ ਬਦੌਲਤ ਦੇਸ਼ ਵਿੱਚ ਕ੍ਰਾਂਤੀ ਆਈ ਅਤੇ ਅਸੀਂ ਆਤਮ ਨਿਰਭਰ ਬਣੇ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਚੰਡੀਗੜ੍ਹ ਅਤੇ ਦਿੱਲੀ ਤੱਕ ਰੌਸ਼ਨੀਆਂ ਬਖੇਰਨ ਵਾਲਾ ਭਾਖੜਾ ਡੈਮ ਆਪਣੀਆਂ ਬਹੁਤ ਸਾਰੀਆਂ ਖੂਬੀਆਂ ਕਰਕੇ ਜਾਣਿਆ ਜਾਂਦਾ ਹੈ। ਭਾਖੜਾ ਡੈਮ ਦੀ ਉਸਾਰੀ ਸਮੇਂ ਵੱਖ ਵੱਖ ਦੇਸ਼ਾਂ ਦੀ ਤਕਨੀਕ ਦਾ ਇਸਤੇਮਾਲ ਵੀ ਕੀਤਾ ਗਿਆ। 245.28 ਕਰੋੜ ਦੀ ਲਾਗਤ ਨਾਲ ਬਣੇ ਭਾਖੜਾ ਡੈਮ ਦੀ ਉਚਾਈ 740 ਫੁੱਟ ਹੈ। ਭਾਖੜਾ ਡੈਮ ਦੇ 2 ਬਿਜਲੀ ਘਰ ਹੈ, ਜਿਨ੍ਹਾਂ ਨੂੰ PP1 ਅਤੇ PP2 ਕਿਹਾ ਜਾਂਦਾ ਹੈ। ਆਮ ਭਾਸ਼ਾ ਵਿੱਚ ਇਹਨਾਂ ਨੂੰ ਰੂਸੀ ਪਾਵਰ ਹਾਊਸ ਅਤੇ ਜਪਾਨੀ ਪਾਵਰ ਹਾਊਸ ਕਿਹਾ ਜਾਂਦਾ ਹੈ। ਜਪਾਨੀ ਪਾਵਰ ਹਾਊਸ ਭਾਖੜਾ ਡੈਮ ਦੇ ਖੱਬੇ ਕਿਨਾਰੇ 'ਤੇ ਸਥਿਤ ਹੈ, ਜਿਸ ਦੀਆਂ 3 ਮਸ਼ੀਨਾਂ 'ਚੋਂ ਹਰੇਕ ਮਸ਼ੀਨ ਦੀ ਬਿਜਲੀ ਉਤਪਾਦਨ ਸਮਰੱਥਾ 126 ਮੈਗਾਵਾਟ ਹੈ। 2 ਮਸ਼ੀਨਾਂ ਜਿਹੜੀਆਂ ਜਪਾਨੀ ਪਾਵਰ ਹਾਊਸ ਦੀਆਂ, ਉਹਨਾਂ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਨੇੜ ਭਵਿੱਖ ਵਿੱਚ ਇਹ 5 ਮਸ਼ੀਨਾਂ ਜਿਹੜੀਆਂ ਸਾਡੇ ਜਪਾਨੀ ਪਾਵਰ ਹਾਊਸ ਦੀਆਂ, ਇਹਨਾਂ ਦੀ ਬਿਜਲੀ ਉਤਪਾਦਨ ਸਮਰੱਥਾ 126 ਮੈਗਾਵਾਟ ਹੋ ਜਾਏਗੀ। ਭਾਖੜਾ ਡੈਮ ਦੇ ਸੱਜੇ ਕਿਨਾਰੇ 'ਤੇ ਸਥਿਤ ਰਸ਼ੀਅਨ ਪਾਵਰ ਹਾਊਸ ਹੈ, ਜਿਹੜਾ ਰੂਸ ਦੀ ਤਕਨੀਕ ਨਾਲ ਬਣਿਆ। ਉਸ ਦੀ ਹਰ ਮਸ਼ੀਨ, 5 ਮਸ਼ੀਨਾਂ 'ਚੋਂ ਹਰੇਕ ਮਸ਼ੀਨ ਦੀ ਬਿਜਲੀ ਉਤਪਾਦਨ ਸਮਰੱਥਾ 157 ਮੈਗਾਵਾਟ ਹੈ। ਇਹ ਇੱਕ ਵਿਲੱਖਣ ਪ੍ਰੋਜੈਕਟ ਹੈ ਜਿਸ ਨੇ ਭਾਰਤ ਦਾ ਨਾਂ ਦੁਨੀਆ ਦੇ ਵਿੱਚ ਰੌਸ਼ਨ ਕੀਤਾ, ਕਿਉਂਕਿ 1947 ਵਿੱਚ ਸਾਡੇ ਕੋਲ ਕੁਝ ਵੀ ਨਹੀਂ ਸੀ ਅਤੇ ਜਿਹੜੇ ਵੀ ਬਾਹਰੋਂ ਲੋਕ ਆਉਂਦੇ ਸੀ ਉਹਨਾਂ ਨੂੰ ਅਸੀਂ ਭਾਖੜਾ ਡੈਮ ਹੀ ਦੇਖਣ ਲਿਆਉਂਦੀ ਸੀ, ਕੇਂਦਰ ਸਰਕਾਰ ਜਾਂ ਪੰਡਿਤ ਨਹਿਰੂ ਜਾਂ ਹੋਰ ਲੋਕ। ਉਦੋਂ ਬਹੁਤ ਸਾਰੇ ਲੋਕਾਂ ਨੇ ਭਾਖੜਾ ਡੈਮ ਵਿਜ਼ਿਟ ਕੀਤਾ। ਅੱਜ ਕੱਲ੍ਹ ਭਾਖੜਾ ਡੈਮ ਦੇਖਣ 365 ਦਿਨ ਦੇ ਵਿੱਚ 5 ਲੱਖ ਸੈਲਾਨੀ ਆਉਂਦੇ ਹੈ, ਪਰ ਉਹ ਨਿਰਾਸ਼ ਪਰਤਦੇ ਹੈ ਕਿਉਂਕਿ ਅੱਤਵਾਦੀਆਂ ਦੀਆਂ ਧਮਕੀਆਂ ਕਾਰਨ ਭਾਖੜਾ ਡੈਮ ਦੇ ਅੰਦਰੂਨੀ ਭਾਗਾਂ ਨੂੰ ਦੇਖਣ 'ਤੇ ਰੋਕ ਲਗਾਈ ਗਈ ਹੈ। ਭਾਖੜਾ ਡੈਮ ਦੀ ਉਮਰ 400 ਸਾਲ ਮਿੱਥੀ ਗਈ ਸੀ, ਜਿਹੜੀ ਹਰ ਸਾਲ ਘੱਟ ਰਹੀ ਹੈ। ਚੁਗਿਰਦੇ ਦਾ ਸੰਤੁਲਨ ਵਿਗੜ ਗਿਆ ਹੈ, ਦਰਖਤ ਘੱਟ ਗਏ ਹੈ ਅਤੇ ਬਹੁਤ ਸਾਰੀ ਕੰਸਟਰਕਸ਼ਨ ਦਾ ਮਲਬਾ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦੇ ਵਿੱਚ ਸਿੱਟਿਆ ਜਾ ਰਿਹਾ, ਜਿਸ ਕਰਕੇ ਝੀਲ ਦਾ ਇਕਾਰ ਘਟਦਾ ਜਾ ਰਿਹਾ। ਇਹ ਸਪਸ਼ਟ ਨਹੀਂ ਹੈ ਕਿ ਹਰ ਸਾਲ ਭਾਖੜਾ ਡੈਮ ਦੀ ਉਮਰ ਕਿੰਨੀ ਘੱਟ ਰਹੀ ਹੈ, ਪਰ ਇਹ ਸਾਫ਼ ਹੈ ਕਿ ਝੀਲ ਦਾ ਆਕਾਰ ਘੱਟ ਰਿਹਾ।
ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਚੇਅਰਮੈਨ ਸੰਜੇ ਸ਼੍ਰੀਵਾਸਤਵਾ ਨੇ ਲੰਘੀਆਂ ਗਰਮੀਆਂ ਦੇ ਵਿੱਚ ਬਹੁਤ ਵਿਸਥਾਰ ਨਾਲ ਝੀਲ ਦਾ ਅਧਿਐਨ ਕੀਤਾ। ਇਸ ਅਧਿਐਨ ਸਮੇਂ ਉਹਨਾਂ ਦੇ ਨਾਲ ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਕਮਲਜੀਤ ਸਿੰਘ ਸਰਾਓ ਅਤੇ ਡਿਪਟੀ ਚੀਫ ਇੰਜੀਨੀਅਰ ਹੁਸਨ ਲਾਲ ਕੰਬੋਜ ਵੀ ਸਨ। ਇਸ ਅਧਿਐਨ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ ਇਹ ਕਿਹਾ ਕਿ ਭਾਖੜਾ ਬਿਆਸ ਪ੍ਰਬੰਧ ਬੋਰਡ ਗਲੋਬਲ ਟੈਂਡਰ ਮੰਗਣ ਜਾ ਰਿਹਾ ਤਾਂ ਕਿ ਝੀਲ ਦੇ ਵਿੱਚੋਂ ਸਿਲਟ ਕੱਢੀ ਜਾਵੇ ਤਾਂ ਕਿ ਝੀਲ ਦੇ ਆਕਾਰ ਨੂੰ ਸੁੰਗੜਨ ਤੋਂ ਬਚਾਇਆ ਜਾਵੇ। ਭਾਖੜਾ ਡੈਮ ਦੇ ਸਾਬਕਾ ਚੇਅਰਮੈਨ ਡੀ ਕੇ ਸ਼ਰਮਾ ਜਿਹੜੇ ਲਾਰਜ ਡੈਮਸ ਦੇ ਲਈ ਬਹੁਤ ਅਧਿਐਨ ਕਰਦੇ ਸੀ, ਉਹਨਾਂ ਨੇ ਵੀ ਆਪਣੇ ਸਮੇਂ ਵਿੱਚ ਕੋਸ਼ਿਸ਼ ਕੀਤੀ ਅਤੇ ਹੁਣ ਸੰਜੇ ਸ਼੍ਰੀਵਾਸਤਵਾ ਕੋਸ਼ਿਸ਼ ਕਰ ਰਹੇ ਹਨ, ਪਰ ਅਜੇ ਤੱਕ ਇਸ 'ਚ ਸਫਲਤਾ ਨਹੀਂ ਮਿਲੀ ਕਿ ਝੀਲ 'ਚੋਂ ਮਿੱਟੀ ਕਿਵੇਂ ਕੱਢੀ ਜਾਵੇ। ਭਾਰਤ ਨੇ 6 ਚੋਟੀ ਦੇ ਇੰਜੀਨੀਅਰਾਂ ਨੂੰ 2 ਦਹਾਕੇ ਪਹਿਲਾਂ ਇੰਗਲੈਂਡ ਵਿੱਚ ਵੱਖ ਵੱਖ ਡੈਮਾਂ ਦੀ ਸਟੱਡੀ ਕਰਨ ਭੇਜਿਆ ਸੀ, ਜਿਸ ਵਿੱਚੋਂ ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਇੱਕ ਬੜੇ ਹੀ ਕਾਬਲ ਇੰਜੀਨੀਅਰ SP ਸਿੰਘ ਵੀ ਗਏ ਸੀ, ਜਿਹੜੇ ਇੱਥੇ ਉਸ ਵੇਲੇ ਬਤੌਰ ਨਿਗਰਾਨ ਇੰਜੀਨੀਅਰ ਕੰਮ ਕਰਦੇ ਸੀ। ਉਹਨਾਂ ਨੇ ਉਹ ਅੱਜ ਕੱਲ੍ਹ ਸੇਵਾ ਮੁਕਤ ਹੋ ਚੁੱਕੇ ਹੈ, ਪਰ ਉਹਨਾਂ ਦਾ ਇੱਕ SP ਸਿੰਘ ਦਾ ਸਵਾਲ ਬੜਾ ਜ਼ਬਰਦਸਤ ਹੈ ਕਿ ਭਾਖੜਾ ਡੈਮ 'ਚੋਂ ਸਿਲਟ ਤਾਂ ਕੱਢੀ ਜਾ ਸਕਦੀ ਹੈ, ਪਰ ਇੰਨੀ ਸਿਲਟ ਨੂੰ ਰੱਖਿਆ ਕਿੱਥੇ ਜਾਵੇਗਾ? ਭਾਖੜਾ ਡੈਮ 'ਚੋਂ ਸਿਲਟ ਕੱਢਣਾ, ਉਹਨੂੰ ਕਿੱਥੇ ਰੱਖਣਾ, ਇਹ ਹਜੇ ਭਵਿੱਖ 'ਤੇ ਹੀ ਆਪਾਂ ਛੱਡਦੇ ਹਾਂ, ਪਰ ਇਹ ਜਿਹੜਾ ਪ੍ਰੋਜੈਕਟ ਹੈ ਬਹੁਤ ਵਿਲੱਖਣ ਹੈ ਔਰ ਇਸ ਦੀ ਸਿਰਫ ਹਰੀ ਕ੍ਰਾਂਤੀ ਜਾਂ ਬਿਜਲੀ ਕ੍ਰਾਂਤੀ ਨਾਲ ਹੀ ਸੰਬੰਧ ਨਹੀਂ, ਇਸ ਨੇ ਸਾਨੂੰ ਹਰ ਪਾਸਿਓਂ ਹੀ ਲਾਹਾ ਦਿੱਤਾ ਹੈ। ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਇਹ ਸਾਰੀ ਜਿਹੜੀ ਜਗ੍ਹਾ ਹੈ ਇਹ ਰਾਖਵੀਂ ਰੱਖੀ ਹੈ। ਭਵਿੱਖ ਦੇ ਵਿੱਚ ਭਾਖੜਾ ਬਿਆਸ ਪ੍ਰਬੰਧ ਬੋਰਡ ਇੱਥੇ ਇੱਕ ਅਜਾਇਬ ਘਰ ਬਣਾਉਣ ਜਾ ਰਿਹਾ, ਜਿਸ ਦੇ ਵਿੱਚ ਭਾਖੜਾ ਡੈਮ ਨਾਲ ਸੰਬੰਧਿਤ ਇਤਿਹਾਸਿਕ ਦਸਤਾਵੇਜ਼, ਤਸਵੀਰਾਂ, ਮਸ਼ੀਨਰੀ ਅਤੇ ਹੋਰ ਅਹਿਮ ਚੀਜ਼ਾਂ ਰੱਖੀਆਂ ਜਾਣਗੀਆਂ ਤਾਂ ਕਿ ਨੰਗਲ ਆਉਣ ਵਾਲੇ ਸੈਲਾਨੀ ਨੰਗਲ ਭਾਖੜਾ ਪ੍ਰੋਜੈਕਟ ਬਾਰੇ ਅਹਿਮ ਜਾਣਕਾਰੀ ਲੈ ਸਕਣ, ਕਿਉਂਕਿ ਬਦਲੇ ਹੋਏ ਹਾਲਾਤ ਦੇ ਲਈ ਇਹ ਜ਼ਰੂਰੀ ਹੋ ਗਿਆ ਸੀ ਕਿ ਕੋਈ ਇੱਕ ਛੱਤ ਦੇ ਥੱਲੇ ਅਜਿਹਾ ਇੰਤਜ਼ਾਮ ਹੋਵੇ ਜਿੱਥੋਂ ਟੂਰਿਸਟ ਨੂੰ ਸਾਰੀ ਇਨਫੋਰਮੇਸ਼ਨ ਮਿਲੇ। ਕੋਰੋਨਾ ਕਹਿਰ ਕਾਰਨ ਇਹ ਪ੍ਰੋਜੈਕਟ ਵੀ ਅੱਧ ਵਿਚਾਲੇ ਲਟਕਿਆ ਹੋਇਆ ਅਤੇ ਕੁਝ ਦੇਰ ਹੋ ਗਈ ਹੈ, ਪਰ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਇਹ ਅਜਾਇਬ ਘਰ ਦੀ ਤਮੀਰ ਭਾਖੜਾ ਬਿਆਸ ਪ੍ਰਬੰਧ ਬੋਰਡ ਛੇਤੀ ਸ਼ੁਰੂ ਕਰ ਦੇਵੇਗਾ। ਇਹ ਸੀ ਅਜੀਤ WebTV ਲਈ ਗੁਰਪ੍ਰੀਤ ਸਿੰਘ ਗਰੇਵਾਲ ਦੀ ਭਾਖੜਾ ਡੈਮ ਦੇ ਸਥਾਪਨਾ ਦਿਵਸ 'ਤੇ ਵਿਸ਼ੇਸ਼ ਰਿਪੋਰਟ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ WebTV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।